ਸਤਿ ਸ਼੍ਰੀ ਅਕਾਲ ਜੀ। ਯੂਕੇ ਸਟੂਡੈਂਟ ਵੀਜ਼ਾ ਬਾਰੇ ਥੋੜੀ ਜੀ ਜਾਣਕਾਰੀ ਦੇਣਾ ਚਾਹੂੰਗਾ ਇਸ ਵੀਡੀਓ ਰਾਹੀਂ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਹਜੇ ਵੀ ਲੱਗਦਾ ਕਿ ਸ਼ਾਇਦ ਕੋਵਿਡ ਤੋਂ ਪਹਿਲਾਂ ਰੂਲ ਕੁਝ ਹੋਰ ਸੀਗੇ, ਹੁਣ ਕੁਝ ਰੂਲ ਚੇਂਜ ਹੋ ਗਏ ਨੇ, ਕੋਈ ਨਵੇਂ ਤਰੀਕੇ ਦੇ ਨਾਲ ਵੀਜ਼ਾ ਲੱਗਣ ਲੱਗ ਗਿਆ, ਜਾਂ ਕੁਝ ਬਦਲ ਗਿਆ, ਕੋਈ ਆਇਲਟਸ ਦੀ ਮਾਪਦੰਡ ਬਦਲ ਗਏ ਨੇ, ਜਾਂ ਕੋਈ ਯੂਨੀਵਰਸਿਟੀ ਦੇ ਦਾਖਲੇ ਦੇ ਮਾਪਦੰਡ ਬਦਲ ਗਏ ਨੇ। ਸੋ ਥੋੜ੍ਹੀ ਜਿਹੀ ਇਹਦੇ 'ਤੇ ਬੈਕਗਰਾਊਂਡ ਅਤੇ ਥੋੜ੍ਹਾ ਜਿਹਾ ਫਿਊਚਰ ਕਿਸ ਤਰ੍ਹਾਂ ਹੋਣ ਵਾਲਾ ਉਹਦੇ ਬਾਰੇ ਗੱਲ ਕਰ ਲਈਏ। ਟਾਇਰ 4 ਵੀਜ਼ੇ ਦੇ ਨਾਮ ਤੋਂ ਯੂਕੇ ਦਾ ਸਟੂਡੈਂਟ ਵੀਜ਼ਾ ਜਾਣਿਆ ਜਾਂਦਾ। ਤੁਸੀਂ ਸਾਰੇ ਜਾਣਦੇ ਹੋ ਕਿ ਟਾਇਰ 4 ਜਦੋਂ ਕੈਟਾਗਰੀ ਕਹਿੰਦੇ ਆ ਉਹੀ ਸਟੂਡੈਂਟ ਵੀਜ਼ਾ ਕੈਟਾਗਰੀ ਹੈਗੀ ਆ। ਕਿਸ ਤਰੀਕੇ ਦੇ ਨਾਲ ਵਰਲਡ ਦੀ ਸ਼ਾਇਦ ਇਕੱਲੀ ਕੰਟਰੀ ਹੈ ਜਿੱਥੇ ਸਟੂਡੈਂਟ ਵੀਜ਼ਾ ਵੀ ਪੁਆਇੰਟ ਬੇਸ ਸਿਸਟਮ ਨਾਲ ਚੱਲਦਾ, ਹੋਰ ਕਿਸੇ ਕੰਟਰੀ ਦੇ ਵਿੱਚ ਪੁਆਇੰਟ ਬੇਸ ਸਿਸਟਮ ਦੇ ਨਾਲ ਸਟੂਡੈਂਟ ਵੀਜ਼ਾ ਨਹੀਂ ਗ੍ਰਾਂਟ ਹੁੰਦਾ। ਸੋ ਪੁਆਇੰਟ ਬੇਸ ਸਿਸਟਮ ਕੀ ਹੈ? ਦੋ ਹੀ ਚੀਜ਼ਾਂ ਮੋਟੀਆਂ ਮੋਟੀਆਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੈ ਕਿ ਦੋ ਚੀਜ਼ਾਂ ਚਾਹੀਦੀਆਂ, ਜੇ ਦੋ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਯੂਕੇ ਦੇ ਪੁਆਇੰਟ ਪੂਰੇ ਹੋ ਜਾਂਦੇ ਔਰ ਵੀਜ਼ਾ ਮਿਲਦਾ ਜੇ। ਉਹ ਦੋ ਚੀਜ਼ਾਂ ਕੀ ਨੇ? ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਲਾਜ਼ਮੀ ਦਾਖਲਾ ਯੂਕੇ ਦੇ ਕਾਲਜ ਯੂਨੀਵਰਸਿਟੀ ਦੇ ਵਿੱਚ। ਜਦੋਂ ਦਾਖਲਾ ਤੁਸੀਂ ਲੈ ਲੈਂਦੇ ਹੋ ਪਹਿਲਾਂ ਤੁਹਾਨੂੰ ਆਫਰ ਲੈਟਰ ਮਿਲਦੀ ਹੈ, ਫਿਰ ਤੁਹਾਨੂੰ ਅਸੈਪਟੈਂਸ ਜਿਹੜੀ ਮਿਲਦੀ ਹੈ ਜਿਹਨੂੰ ਕੈਸ਼ ਲੈਟਰ ਕਹਿੰਦੇ ਆ, ਉਹ ਕੈਸ਼ ਲੈਟਰ ਤੁਹਾਡੀ ਅਸੈਪਟੈਂਸ ਲੈਟਰ ਹੈਗੀ ਹੈ, ਜਿਹਦੇ ਬੇਸ 'ਤੇ ਇਹ ਪੱਕਾ ਹੋ ਜਾਂਦਾ ਬੈਸੀ ਨੂੰ ਕਿ ਤੁਹਾਨੂੰ ਐਡਮਿਸ਼ਨ ਮਿਲ ਗਈ, ਤੁਹਾਡੀ ਸੀਟ ਉਸ ਯੂਨੀਵਰਸਿਟੀ ਦੇ ਵਿੱਚ ਪੱਕੀ ਹੋ ਗਈ। ਸੋ ਉਹ ਕੈਸ਼ ਲੈਟਰ ਦੇ 30 ਪੁਆਇੰਟ ਨੇ ਟੋਟਲ, ਤੁਹਾਨੂੰ 40 ਪੁਆਇੰਟ ਚਾਹੀਦੇ ਹੁੰਦੇ ਆ ਮੇਜਰ ਪੁਆਇੰਟ ਉਸ ਦਾਖਲੇ ਦੇ ਨੇ ਜਿਹੜੇ ਤੁਸੀਂ ਇੱਕ ਕਾਲਜ ਯੂਨੀਵਰਸਿਟੀ ਦੇ ਵਿੱਚ ਲੈ ਲਿਆ, 30 ਪੁਆਇੰਟ ਤੁਹਾਨੂੰ ਉਸ ਕੈਸ਼ ਲੈਟਰ 'ਤੇ ਮਿਲਦੇ ਨੇ। ਦੂਜੀ ਚੀਜ਼ ਜਿਹੜੀ ਆ ਜਾਂਦੀ ਹੈ ਉਹ ਆ ਜਾਂਦੀ ਫੰਡ, ਲਿਵਿੰਗ ਫੰਡ। ਉੱਥੇ ਦੀ ਗਵਰਨਮੈਂਟ ਕਹਿੰਦੀ ਹੈ ਕਿ ਭਾਈ ਇੱਥੇ ਪੜ੍ਹਨ ਆਉਣਾ ਤੁਸੀਂ, ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਨੇ, ਉਹ ਪੈਸੇ ਤੁਹਾਡੇ ਖਾਤੇ 'ਚ ਹੋਣੇ ਚਾਹੀਦੇ, ਤੁਹਾਡੇ ਕੋਲ FD ਦੇ ਬੇਸ 'ਤੇ ਹੈਗੇ, ਜਾਂ ਤੁਸੀਂ ਲੋਨ ਲਿੱਤਾ ਉਸ ਦੇ ਬੇਸਿਸ 'ਤੇ ਵੀ ਚੱਲ ਜਾਂਦੇ। ਕੋਈ ਲੰਬੀ ਚੌੜੀ ਚੀਜ਼, ਕੋਈ ਲੰਬੀ ਚੌੜੀ ਡਿਟੇਲ ਨਹੀਂ ਚਾਹੀਦੀ ਯੂਕੇ ਅੰਬੈਸੀ ਨੂੰ ਫੰਡਾਂ ਦੇ ਤੌਰ 'ਤੇ ਕਿ ਤੁਸੀਂ ਕਹੋ ਜੀ ਮੇਰੇ 1,00,000 ਦੀ ਇਨਕਮ ਹੋਣੀ ਚਾਹੀਦੀ ਹੈ, ਜਾਂ 6 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ। ਬੜਾ ਸਿੰਪਲ ਕਲੀਅਰ ਕੱਟ ਉਹਨੇ ਰੱਖਿਆ ਕਿ ਜਿਹੜੇ ਫੰਡ ਤੁਹਾਨੂੰ ਚਾਹੀਦੇ ਉਹ 28 ਦਿਨ ਪੁਰਾਣੇ ਹੋਣੇ ਚਾਹੀਦੇ, 28 ਦਿਨਾਂ ਤੋਂ ਉਹ ਫੰਡ ਤੁਹਾਡੇ ਬੈਂਕ ਖਾਤੇ ਦੇ ਵਿੱਚ ਹੋਣੇ ਚਾਹੀਦੇ ਹੈ। ਸੋ ਜਦੋਂ ਫੰਡ ਤੁਹਾਡੇ ਕੋਲ 28 ਦਿਨਾਂ 'ਚ ਬੈਂਕ ਖਾਤੇ 'ਚ ਪਏ ਆ, ਉਸ ਬੈਂਕ ਦੀ ਬੈਲੈਂਸ ਸਰਟੀਫਿਕੇਟ ਅਤੇ ਬੈਂਕ ਸਟੇਟਮੈਂਟ ਜਦੋਂ ਤੁਸੀਂ ਕਢਾਉਂਦੇ ਹੋ ਉਹਦੇ ਉੱਤੇ ਉਹ 10 ਪੁਆਇੰਟ ਮਿਲਦੇ ਆ। ਹੁਣ ਇਹ ਫੰਡ ਕਹਿਣੇ ਬੜੇ ਸੌਖੇ ਆ, ਬਟ ਇਹਨਾਂ ਫੰਡਾਂ ਦੇ ਵਿੱਚ ਬੜੀਆਂ ਛੋਟੀਆਂ ਛੋਟੀਆਂ ਟੈਕਨੀਕੈਲਿਟੀਜ਼ ਨੇ ਜਿਹਦਾ ਖਿਆਲ ਰੱਖਣਾ ਪੈਂਦਾ। ਉਹ ਟੈਕਨੀਕੈਲਿਟੀਜ਼ ਕੀ ਨੇ? ਮੰਨ ਲਓ ਤੁਹਾਡਾ ਜਿਹੜਾ ਖਾਤਾ ਹੈਗਾ ਵਾ, ਤੁਸੀਂ ਤੁਹਾਡੇ ਕੋਲ 28 ਦਿਨ ਛੱਡ ਕੇ 28 ਮਹੀਨੇ ਪੁਰਾਣੇ ਫੰਡ ਪਏ ਆ, ਬਟ ਉਸ ਖਾਤੇ ਦੇ ਵਿੱਚ ਕੋਈ ਵੀ ਐਂਟਰੀ ਨਹੀਂ ਤੁਸੀਂ ਕੀਤੀ ਹੋਈ ਪਿਛਲੇ 2 ਮਹੀਨਿਆਂ ਤੋਂ 3 ਮਹੀਨਿਆਂ ਤੋਂ, ਜਦੋਂ ਉਹ ਫੰਡ ਮੈਸੇਜ ਜਾਂਦੇ ਆ ਉਹ ਰਿਫਿਊਜ਼ ਹੋ ਜਾਂਦੇ ਆ। ਮੰਨ ਲਓ ਤੁਹਾਡੀ FD ਹੈਗੀ ਆ ਬੜੀ ਪੁਰਾਣੀ, 2 ਸਾਲ ਤੋਂ ਚੱਲਦੀ ਆ ਰਹੀ, ਉਹ FD ਤੁਸੀਂ ਲਾ ਦਿੰਦੇ ਹੋ ਕਿ ਦੇਖੋ ਜੀ ਇਹ ਫੰਡ ਸਾਡੇ ਪੁਰਾਣੇ ਆ, ਜੇ ਉਸ FD ਦਾ ਬੈਲੈਂਸ ਸਰਟੀਫਿਕੇਟ ਸਹੀ ਤਰੀਕੇ ਦੇ ਨਾਲ ਨਹੀਂ ਬਣਿਆ ਹੁੰਦਾ ਉਹ ਫੰਡ ਤੁਹਾਡੇ ਰਿਫਿਊਜ਼ ਹੋ ਜਾਂਦੇ ਨੇ। ਕਿਉਂ? ਕਿਉਂਕਿ FD ਦਾ ਮਤਲਬ ਫਿਕਸ ਡਿਪੋਜ਼ਿਟ, ਜਦੋਂ ਬੈਸੀ ਹੋ ਜਾਂਦਾ ਉਹ ਕਹਿੰਦੇ ਇਹ ਤਾਂ ਤੇਰਾ ਫਿਕਸ ਡਿਪੋਜ਼ਿਟ ਹੈ, ਇਹਨੂੰ ਤੂੰ ਕਿੱਦਾਂ ਕਢਾ ਲੇਗਾ? ਜਦੋਂ ਤੱਕ ਬੈਲੈਂਸ ਸਰਟੀਫਿਕੇਟ ਦੀ ਵਰਡਿੰਗ ਇੱਕ ਪਰਟੀਕੁਲਰ ਤਰੀਕੇ ਦੇ ਨਾਲ ਉੱਥੇ ਇਹ ਨਹੀਂ ਲਿਖਾਇਆ ਹੁੰਦਾ ਕਿ ਇਹ ਫੰਡ ਅਵੇਲੇਬਲ ਨੇ ਕਢਾਉਣ ਨੂੰ, ਇੱਕ ਜਦੋਂ ਮਰਜ਼ੀ ਕਢਾ ਸਕਦੇ ਆ, ਆਪਣੀ ਪੜ੍ਹਾਈ ਲਈ ਵਰਤ ਸਕਦੇ ਆ, ਉਦੋਂ ਤੱਕ ਉਹਨਾਂ ਦੀਆਂ ਸ਼ਰਤਾਂ ਨਹੀਂ ਪੂਰੀਆਂ ਹੁੰਦੀਆਂ, ਜਾਂ ਕਹਿ ਲਓ ਕਿ ਉਦੋਂ ਤੱਕ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਫੰਡ ਐਕਸੈਪਟੇਬਲ ਨਹੀਂ ਹੈਗੇ। ਸੋ ਜਦੋਂ ਇੱਦਾਂ ਦੀ ਕਿਸੇ ਵੀ ਛੋਟੀ ਜਿਹੀ ਟੈਕਨੀਕੈਲਿਟੀ ਕਰਕੇ ਤੁਹਾਡਾ 10 ਪੁਆਇੰਟ ਫੰਡਾਂ ਵਾਲੇ ਨਹੀਂ ਮਿਲਦੇ ਅਤੇ 40 ਪੁਆਇੰਟ ਪੂਰੇ ਨਹੀਂ ਹੋਏ, ਤਾਂ ਆਟੋਮੈਟਿਕ ਵੀਜ਼ਾ ਰਿਫਿਊਜ਼ਲ ਹੈਗਾ। ਬਹੁਤ ਸਾਰੇ ਸਟੂਡੈਂਟਸ ਮੈਨੂੰ ਰੀਸੈਂਟਲੀ, ਇੱਕ ਸਟੂਡੈਂਟ ਮਿਲਿਆ ਸੀਗਾ ਕਿ ਭਾਜੀ ਆਹ ਦੇਖੋ ਫੰਡ ਮੇਰੇ ਕੋਲ ਹੈਗੇ, ਸਾਰਾ ਕੁਝ ਮੇਰੇ ਕੋਲ ਹੈਗਾ, ਬਟ ਇੱਕ ਲਾਈਨ ਉਸ ਬੈਲੈਂਸ ਸਰਟੀਫਿਕੇਟ 'ਚ ਨਹੀਂ ਲਿਖਾਈ, ਕਿਉਂਕਿ ਇਹ ਤਾਂ ਬੜਾ ਸੌਖਾ, ਹਰ ਬੰਦਾ ਪੜ੍ਹ ਲੈਂਦਾ ਵੈਬਸਾਈਟ 'ਤੇ ਜਾ ਕੇ ਕਿ ਜੀ ਫੰਡ ਕਢਾ ਲਏ, 28 ਦਿਨ ਪੁਰਾਣੀ ਸਟੇਟਮੈਂਟ ਕਢਾ ਲਈ ਅਤੇ ਅੰਬੈਸੀ ਨੂੰ ਦੇ ਦਿੱਤੀ, ਪਰ ਕਿਸ ਤਰੀਕੇ ਦੇ ਨਾਲ ਉਹਨੂੰ ਪ੍ਰਜੈਂਟ ਕਰਨਾ, ਪ੍ਰੈਜੈਂਟੇਸ਼ਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਉਹ ਫੰਡ ਪ੍ਰਜੈਂਟ ਕਿਸ ਤਰੀਕੇ ਦੇ ਨਾਲ ਅੰਬੈਸੀ 'ਚ ਹੋਇਆ। ਸੋ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਖਿਆਲ ਰੱਖੀਏ, ਅਤੇ ਮੈਨੂੰ ਨਹੀਂ ਲੱਗਦਾ ਕਿ 40 ਪੁਆਇੰਟ ਪੂਰੇ ਕਰਨੇ ਕਿਸੇ ਲਈ ਵੀ ਔਖੇ ਨੇ। ਫੰਡਾਂ ਦੀ ਕੈਲਕੂਲੇਸ਼ਨ ਕਿਸ ਤਰ੍ਹਾਂ ਹੁੰਦੀ ਹੈ, ਇਹ ਬੜਾ ਨੋਰਮਲ ਕੁਐਸਚਨ ਹੈ ਕਿ ਭਾਜੀ ਮੇਰੇ ਦੋਸਤ ਨੇ ਜਾਣਾ ਸੀ, ਉਹਨੇ ਤਾਂ 10 ਲੱਖ ਸ਼ੋਅ ਕੀਤਾ, ਮੈਨੂੰ ਮੇਰਾ ਏਜੰਟ 15 ਲੱਖ ਰੁਪਇਆ ਸ਼ੋਅ ਕਰਨ ਨੂੰ ਕਹਿੰਦਾ। ਦੇਖੋ ਫੰਡ ਕੈਲਕੂਲੇਸ਼ਨ ਬੜੀ ਸੌਖੀ ਉਹਨਾਂ ਨੇ ਕੀਤੀ ਹੋਈ ਹੈ, ਆਪਾਂ ਸਿੰਗਲ ਕੇਸ ਦੀ ਗੱਲ ਕਰ ਲਈਏ। ਸਿੰਗਲ ਕੇਸ ਦੇ ਵਿੱਚ ਉਹਨਾਂ ਨੇ ਫਿਕਸ ਕੀਤਾ ਹੋਇਆ ਕਿ ਭਾਈ ਤੁਸੀਂ 2 ਕੈਟਾਗਰੀਜ਼ 'ਚ, ਪਹਿਲਾਂ ਤਾਂ ਉਹਨਾਂ ਨੇ UK ਨੂੰ ਵੰਡਤਾ, ਇਨਰ ਲੰਡਨ, ਆਊਟਰ ਲੰਡਨ। ਇਨਰ ਲੰਡਨ ਇੱਕ ਸਰਟਨ ਏਰੀਆ ਸਿਰਫ ਲੰਡਨ ਦਾ ਜਿਹਦੇ ਵਿੱਚ ਤੁਸੀਂ ਜੇ ਪੜ੍ਹਨ ਜਾਣਾ ਚਾਹੁੰਦੇ ਹੋ, ਉਹਨਾਂ ਨੂੰ ਲੱਗਦਾ ਕਿ ਇੱਥੇ ਰਹਿਣ ਦਾ, ਖਾਣ ਪੀਣ ਦਾ ਖਰਚਾ ਜ਼ਿਆਦਾ, ਉਹਦੀ ਫੰਡ ਦੀ ਸ਼ੋਅ ਜਿਹੜੀ ਹੈਗੀ ਹੈ, ਫੰਡ ਜਿਹੜੇ ਉਹ ਜ਼ਿਆਦਾ ਦਿਖਾਉਣੇ ਪੈਂਦੇ ਆ। ਆਊਟਰ ਲੰਡਨ ਇਜ਼ ਰੈਸਟ ਆਫ ਦੀ UK, ਸਾਰੀ ਜਗ੍ਹਾ, ਚਾਹੇ ਮੈਨਚੈਸਟਰ ਹੈ, ਚਾਹੇ ਬਰਮਿੰਗਮ ਹੈ, ਚਾਹੇ ਕਿਸੇ ਵੀ ਹੋਰ ਜਗ੍ਹਾ ਤੁਸੀਂ ਜਾਣਾ ਚਾਹੁੰਦੇ ਹੋ, ਉਹ ਆਊਟਰ ਲੰਡਨ 'ਚ ਕਾਊਂਟ ਹੁੰਦਾ। ਉਹਦੇ 'ਚ ਜਿਹੜੇ ਫੰਡ ਹੁੰਦੇ ਆ ਉਹ ਥੋੜ੍ਹੇ ਜਿਹੇ ਘੱਟ ਦਿਖਾਉਣੇ ਪੈਂਦੇ ਆ।
ਠੀਕ ਹੈ। ਸੋ ਦੂਸਰੇ ਪਾਸੇ ਇਹ ਆ ਜੀ, ਇਹ ਫੀਸ ਡਿਪੋਜ਼ਿਟ ਜਿਹੜੀ ਤੁਸੀਂ ਕੀਤੀ ਹੈ, ਅੰਬੈਸੀ ਦਾ ਰੂਲ ਇਹ ਕਹਿੰਦਾ ਕਿ ਤੁਸੀਂ ਇੱਕ ਸਾਲ ਦੀ ਫੀਸ ਦਿਖਾਣੀ ਹੈ ਜਾਂ ਦੇਣੀ ਹੈ। ਹੁਣ ਤੁਸੀਂ ਕੈਸ਼ ਲੈਟਰ ਲੈ ਲਈ ਯੂਨੀਵਰਸਿਟੀ ਤੋਂ, ਯੂਨੀਵਰਸਿਟੀ ਦੀ ਸਾਲ ਦੀ ਫੀਸ ਹੈਗੀ ਹੈ ਲੈਟਸ 12,000 pounds, ਤੁਸੀਂ 12,000 pounds ਡਿਪੋਜ਼ਿਟ ਨਹੀਂ ਦਿੱਤਾ, ਤੁਸੀਂ ਯੂਨੀਵਰਸਿਟੀ ਨੂੰ 6,000 pounds ਡਿਪੋਜ਼ਿਟ ਦੇ ਦਿੱਤਾ। ਜਦੋਂ ਤੁਸੀਂ 6,000 pounds ਸਾਲ ਦਾ ਡਿਪੋਜ਼ਿਟ ਦੇ ਦਿੱਤਾ, ਬਾਕੀ ਡਿਪੋਜ਼ਿਟ ਤੁਸੀਂ ਕਹਿੰਦੇ ਕਿ ਮੈਂ ਵੀਜ਼ਾ ਲੱਗਣ 'ਤੇ ਦੇਣਾ ਹੈ ਜਾਂ ਉੱਥੇ ਜਾ ਕੇ ਦੇਣਾ, ਯੂਨੀਵਰਸਿਟੀ ਵੱਲੋਂ ਛੂਟ ਹੈ, ਬਟ ਉਹ 6,000 pounds ਤੁਹਾਨੂੰ ਆਪਣੀ ਲਿਵਿੰਗ ਦੇ ਵਿੱਚ ਦਿਖਾਉਣਾ ਪੈਣਾ, ਇੱਥੇ ਇਹਦੇ ਫੰਡਾਂ 'ਚ ਦਿਖਾਉਣਾ ਪੈਣਾ। ਉਹ ਸਟੂਡੈਂਟ ਕੀ ਕਰਦਾ, ਉਸ 6,000 pounds ਦੀ ਕੈਲਕੂਲੇਸ਼ਨ ਨਹੀਂ ਕਰਦਾ। ਜਦੋਂ ਕਿ ਇੱਦਾਂ ਦੇ ਬੰਦੇ ਕੋਲੋਂ ਫਾਈਲ ਲੱਗੀ ਹੁੰਦੀ ਹੈ ਕਿ ਬੜਾ ਸੌਖਾ ਹੈ ਕਿ ਮੈਂ ਇੱਦਾਂ ਕਰਕੇ UK ਲਾ ਦੂੰਗਾ, ਕਿਉਂਕਿ ਹਰ ਦੂਜਾ ਹੀ ਬੰਦਾ ਅੱਜ ਦੀ ਡੇਟ 'ਚ ਏਜੰਟ ਬਣਿਆ ਹੁੰਦਾ, ਜਿਹਨੇ ਆਪਣਾ ਛੋਟਾ ਭਰਾ ਭੇਜਤਾ ਉਹਨੂੰ ਲੱਗਦਾ ਮੈਨੂੰ ਵੀ ਕੰਮ ਆਉਂਦਾ, ਜਿਹਨੇ ਆਪਣੇ ਚਾਚੇ ਦਾ ਮੁੰਡਾ ਭੇਜਤਾ ਉਹਨੂੰ ਲੱਗਦਾ ਮੈਨੂੰ ਵੀ ਫੰਡ ਦੀ ਕੈਲਕੂਲੇਸ਼ਨ ਆਉਂਦੀ। ਸੋ ਜਦੋਂ ਉਹ ਫੰਡ ਤੁਸੀਂ ਵਿੱਚ ਕੈਲਕੂਲੇਟ ਨਹੀਂ ਕਰਦੇ, ਉਹ 10 points ਜਿਹੜੇ ਫੰਡਾਂ ਵਾਲੇ ਆ ਉਹ ਕਿਤੇ ਨਾ ਕਿਤੇ ਟੁੱਟ ਜਾਂਦੇ ਆ। ਰੇਟ ਦੇ ਉੱਤੇ ਬਹੁਤ ਜ਼ਿਆਦਾ ਗੱਲ ਆ ਜਾਂਦੀ ਹੈ ਕਿ ਭਾਅ ਜੀ ਜਿੱਦਣ ਫਾਈਲ ਲਾਈ ਸੀਗੀ ਉੱਦਣ ਪਾਊਂਡ ਦਾ ਰੇਟ 90 rupees ਸੀਗਾ, ਹੁਣ ਸਾਡੀ ਫਾਈਲ ਲੱਗੀ ਹੋਈ ਹੈ ਉਹ ਸਾਰੇ ਪ੍ਰੋਸੈਸ ਦੇ ਵਿੱਚ, ਹੁਣ ਅੱਜ ਡਾਲਰ ਪਾਊਂਡ ਦਾ ਰੇਟ 95 rupees ਹੋ ਗਿਆ, ਤਾਂ ਸਾਡੇ ਤਾਂ ਖਾਤੇ ਦੇ ਵਿੱਚ 20-25,000 rupees ਘੱਟ ਗਿਆ ਜਿੰਨੇ ਅਸੀਂ ਜਮ੍ਹਾਂ ਕਰਾਏ ਹੋਏ ਸੀ। ਸੋ ਇਹ ਉਹ ਟੈਕਨੀਕਲ ਚੀਜ਼ ਹੈ ਜਿਹਦੇ ਲਈ ਤੁਹਾਨੂੰ ਇੱਕ ਚੰਗੇ ਕੰਸਲਟੈਂਟ ਜਾਂ ਇੱਕ ਐਕਸਪੀਰੀਅੰਸਡ ਟੀਮ ਦੀ ਲੋੜ ਹੈ, ਜਿਹੜੀ ਤੁਹਾਨੂੰ ਸ਼ੁਰੂ ਤੋਂ ਦੱਸ ਸਕੇ ਜਿਸ ਦਿਨ ਤੁਹਾਡਾ ਕੇਸ ਸ਼ੁਰੂ ਹੋਣਾ ਨਾ, ਕਿ ਭਾਈ ਇੰਨੇ ਪੈਸੇ ਇਸ ਕੈਲਕੂਲੇਸ਼ਨ ਦੇ ਨਾਲ ਇਸ ਖਾਤੇ ਦੇ ਵਿੱਚ ਤੇਰੇ ਜਮ੍ਹਾਂ ਹੋਣੇ ਚਾਹੀਦੇ ਆ, ਇੰਨੀ ਤਰੀਕ ਨੂੰ ਇੰਨੀ ਇੱਕ ਐਂਟਰੀ ਹੋਣੀ ਚਾਹੀਦੀ, ਜੇ ਉਹ ਐਂਟਰੀ ਨਹੀਂ ਹੈਗੀ ਉਹ ਫੰਡ ਐਕਸੈਪਟੇਬਲ ਨਹੀਂ ਹੈਗੇ। ਆਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਖਿਆਲ ਰੱਖਣਾ, ਆਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਹੀ ਤੁਹਾਨੂੰ ਗਾਈਡ ਕਰਨਾ, ਇਸ ਇਹੀ ਸਾਡਾ ਕੰਮ ਹੈ। ਦਿਸ ਇਜ਼ ਵੇਅਰ ਵੀ ਆਰ ਪਰਫੈਕਸ਼ਨਿਸਟ, ਦਿਸ ਇਜ਼ ਵੇਅਰ ਵੀ ਕਮ ਇਨ ਟੂ ਪਿਕਚਰ। ਅਤੇ ਉੱਦਾਂ ਤਾਂ ਫਾਈਲ ਚੁੱਕ ਕੇ ਕੋਈ ਵੀ ਲਾ ਦੂਗਾ ਕੈਸ਼ ਲੈਟਰ ਲਈ, ਉਹ ਵੀ ਯੂਨੀਵਰਸਿਟੀ ਤੋਂ ਆ ਜਾਣੀ ਹੈ, ਫੰਡ ਤੁਸੀਂ ਸਟੇਟਮੈਂਟ ਕਢਾ ਕੇ ਦੇ ਦੇਣੀ ਹੈ, ਡਾਕੂਮੈਂਟ ਤੁਹਾਡੇ ਲੱਗਣੇ ਆ, ਅਤੇ ਮੈਂ ਉਹਦੇ ਵਿੱਚ ਕੀ ਕਰਨਾ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਮੈਂ ਟੈਕਨੀਕੈਲਿਟੀਜ਼ ਦੇ ਨਾਲ ਉਸ ਪ੍ਰੈਜੈਂਟੇਸ਼ਨ ਦੇ ਨਾਲ ਅੰਬੈਸੀ ਨੂੰ ਭੇਜਣੀ ਆ, ਉਦੋਂ 40 points ਪੂਰੇ ਹੁੰਦੇ ਆ, ਉਦੋਂ ਵੀਜ਼ਾ ਲੱਗਦਾ ਜੀ। ਜੇ ਫੰਡ ਨਹੀਂ ਹੈਗੇ ਕਿਸੇ ਦੇ ਕਹੇ ਕਹਾਏ 'ਤੇ, ਕੋਈ ਪੁੱਠੇ ਸਿੱਧੇ ਫੰਡ ਕਿਸੇ ਬੰਦੇ ਨੇ ਅੰਬੈਸੀ ਨੂੰ ਲਾ ਤੇ, UK ਅੰਬੈਸੀ 10 years ਦਾ ਇੱਕ ਤਾਂ ਬੈਨ ਲੱਗਦਾ ਅੰਡਰ ਸੈਕਸ਼ਨ 327A-7B, ਉਹ 10 years ਦੇ ਬੈਨ ਤੋਂ ਇਲਾਵਾ ਪਰਚਾ ਵੱਖਰਾ ਹੁੰਦਾ ਜੀ। ਅੰਬੈਸੀ ਇੱਥੋਂ ਤੱਕ ਜਾਂਦੀ ਹੈ ਕਿ ਕਿਹੜੇ ਬੰਦੇ ਨੇ ਸਾਨੂੰ ਗਲਤ ਡਾਕੂਮੈਂਟ ਦਿੱਤਾ, ਕਿਹੜੇ ਬੰਦੇ ਨੇ ਸਾਨੂੰ ਗਲਤ ਕਾਗਜ਼ ਦਿੱਤੇ, ਚਾਹੇ ਉਹ ਫੰਡ ਨੇ ਚਾਹੇ ਕੋਈ ਹੋਰ ਕਾਗਜ਼ ਨੇ, ਉਹਦੀ ਪੂਰੀ ਕਾਰਵਾਈ ਹੁੰਦੀ ਹੈ ਤੁਹਾਡੇ 'ਤੇ। ਸੋ ਕਿਸੇ ਦੀਆਂ ਗੱਲਾਂ 'ਚ ਵੀ ਆ ਕੇ ਕਿ ਮੈਂ ਤੈਨੂੰ ਲੋਨ ਲੈਟਰ ਬਣਾ ਦੂੰਗਾ, ਮੈਂ ਇਹ ਕਰ ਦੂੰਗਾ ਵੋ ਕਰ ਦੂੰਗਾ, ਆਪਣੇ ਫੰਡ ਆਪਣੇ ਖਾਤੇ ਦੇ ਵਿੱਚ ਆਪਣੇ ਨਜ਼ਰਾਂ ਨਾਲ ਦੇਖ ਕੇ ਜਮ੍ਹਾਂ ਕਰਾ ਕੇ ਫੇਰ ਫਾਈਲ ਅੱਗੇ ਲਾਇਓ, ਨਹੀਂ ਤਾਂ ਤੁਹਾਡਾ 10 years ਦਾ ਬੈਨ, ਅਗਲੇ ਬੰਦੇ ਨੇ ਆਪਣਾ ਕਾਰੋਬਾਰ ਕਰੀ ਜਾਣਾ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਆਪਣੀ ਫਾਈਲ ਅੰਬੈਸੀ 'ਚ ਲਾਓ। 40 points ਨੇ, ਬੜੇ ਸੌਖੇ ਮਿਲਦੇ ਨੇ, ਦੋ ਹੀ ਚੀਜ਼ਾਂ ਚਾਹੀਦੀਆਂ, ਜੇ ਉਹ ਵੀ ਅਸੀਂ ਢੰਗ ਨਾਲ ਪੂਰੀਆਂ ਨਹੀਂ ਕਰ ਸਕਦੇ, ਫਿਰ ਸਾਨੂੰ UK ਜਾ ਕੇ ਪੜ੍ਹਾਈ ਕਰਨ ਦਾ ਕੋਈ ਹੱਕ ਨਹੀਂ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।